अपनाया
ਇਹਨਾਂ ਦੀ ਮੌਤ ਤਾਂ ਹੋਈ ਹੈ, ਚਲਾਣਾ ਏਦਾਂ ਹੋਇਆ ਜਿੱਦਾਂ ਕੋਈ ਕੱਪੜੇ ਬਦਲਦਾ ਹੁੰਦਾ, ਇੰਨਾ ਵੀ ਹੋ ਜਾਂਦਾ ਪਤਾ ਹੀ ਲੱਗਾ ਬੀਬੀ ਲੱਗ ਗਿਆ ਪੁਰਾਣੇ ਸੰਸਾਰ ਨੂੰ। ਇੱਦਾਂ ਦੇ ਇਨਸਾਨ ਬਹੁਤ ਹੀ ਘੱਟ ਸੰਸਾਰ ਹੁੰਦੇ ਹੈ। ਇਹਨਾਂ ਨੇ ਆਪਣੀ ਜ਼ਿੰਮੇਵਾਰੀ ਪਰਿਵਾਰ ਦੀ ਬੜੀ ਖੂਬੀਆਂ ਨਿਭਾਈ। ਤੋਂ ਅੱਗੇ ਸਾਡੇ ਛੋਟੇ ਭਰਾ ਦੀ ਸੰਨੀ ਜੀ ਅੱਗੋਂ ਦਾ ਫਰਜ਼ ਹੈ ਕਿ ਆਪਣੀ ਮਾਤਾ ਜੀ ਦਾ ਧਿਆਨ ਪਹਿਲਾਂ ਰੱਖਣ। ਪਹਿਲਾਂ ਦੇਖਣ ਮਾਂ ਨੇ ਰੋਟੀ ਖਾਧੀ, ਮਾਂ ਨੂੰ ਮਹਿਸੂਸ ਨਾ ਹੁੰਦੇ ਮੇਰੇ ਪਿਤਾ ਜੀ ਨਹੀਂ ਰਹੇ, ਕਿਉਂਕਿ ਅੱਜ ਤੋਂ ਸਾਰੀ ਜ਼ਿੰਮੇਵਾਰੀ ਘਰ ਦੀ ਸੰਨੀ ਜੀ ਸਿਰ ਆ ਗਈ। ਘਰ ਦਾ ਪੁੱਤਰ ਵੱਡਾ ਹੋਣ ਦੇ ਨਾਤੇ ਘਰ ਦੀ ਜ਼ਿੰਮੇਵਾਰੀ ਸਾਰੀ ਸੰਨੀ ਜੀ, ਉਦਾਂ ਵੀ ਚਲੋ ਸਿਆਣੀ ਹੈ ਆਪਣੀ ਜ਼ਿੰਮੇਵਾਰੀ ਪੂਰਾ ਨਿਭਾ ਕੇ। ਤੋ ਸਾਡੇ ਆਦਰ ਵੀ ਨੇ ਵੱਡੇ ਭਰਾ ਜੀ ਬੈਠੇ ਹੈ ਕੁਲਵੰਤ ਸਿੰਘ ਗਿੱਲ ਜੀ, ਬਲਦੇਵ ਜੀ ਚੌਹਾਨ ਉਨਸੇ ਵੀ ਨਿਵੇਦਨ ਹੈ, ਉਹ ਵੀ ਦੋ ਤਿੰਨ ਮਿੰਟ ਕੇ ਲਈ ਸਮੇਂ ਕੋ ਦੇਖਦੇ ਹੋਏ ਸ਼ਰਧਾਂਜਲੀ ਦੇਵੇ। ਆਦਮੀ ਸਾਡੇ ਬਲਦੇਵ ਜੀ ਚੌਹਾਨ ਭਤੀਜੇ ਲੱਗਦੇ ਨੇ, ਉਹਨਾਂ ਦਾ ਫੋਨ ਆ ਰਿਹਾ ਹੈ। ਤੋ ਅਮਰੀਕਾ ਦੇ ਵਿੱਚ ਇੱਕ ਇਹਨਾਂ ਦਾ ਭਤੀਜਾ ਬਾਬਾ ਜੀ, ਉਹਨਾਂ ਦਾ ਵੀ ਬੜਾ ਇਹਨਾਂ ਦਾ ਪ੍ਰੇਮ ਪਿਆਰ ਸੀਗਾ ਜੀ, ਉੱਧਰੋਂ ਵੀ ਫੋਨ ਆ ਰਹੇ, ਉਹਨਾਂ ਵੱਲ ਵੀ ਸ਼ਰਧਾਂਜਲੀ ਹੈ। ਤੋ ਸਰਦਾਰ ਮਨਜੀਤ ਸਿੰਘ ਟਿਟੂ ਜੀ ਉਹ ਵੀ ਆਏ ਨੇ, ਉਹ ਵੀ ਸਮੇਂ ਕੋ ਦੇਖਦੇ ਹੋਏ ਇੱਕ ਦੋ ਮਿੰਟ ਦੇ ਲਈ ਸ਼ਰਧਾਂਜਲੀ ਦੇਣਗੇ ਸਰਦਾਰ ਮਨਜੀਤ ਸਿੰਘ ਟਿਟੂ ਜੀ। ਮਨ ਬੜਾ ਦੁਖੀ ਹੈ, ਕਿਉਂ ਕਿ ਇੱਕ ਵੱਡਾ ਵੀਰ ਜਿਹਦੀ ਸਾਰੀ ਉਮਰ ਕਿਸੇ ਨੂੰ ਕੋਈ ਨਹੀਂ ਆਖੀ, ਬੱਚੇ ਤੋਂ ਬੱਚੇ ਦਾ ਤਾਬਿਆਦਾਰ, ਜੇ ਕਿਸੇ ਨੇ ਆਵਾਜ਼ ਦੇ ਕੇ ਕਹਿ ਦਿੱਤੀ ਕਿਸੇ ਔਰਤ ਨੇ ਕਿਸੇ ਬੱਚੇ ਨੇ ਕਿ ਮੇਰਾ ਆਹ ਕੰਮ ਕਰਦੇ, ਤੇ ਉਹਨੇ ਕਹਿ ਜੀ ਲਓ ਜੀ ਹੁਣੇ ਲਓ। ਮੈਂ ਜਿਹੜਾ ਬੀਬੀਆਂ ਨੂੰ ਕਹਿੰਦਾ ਸ਼ੋਕ ਸਦਾ ਮਰਨ ਲਿਖਾਏ ਮਤਲਬ ਮੈਂ ਆਏ, ਤੁਸੀਂ ਖੁਸ਼ੀਆਂ ਨਾਲ ਗੱਲਾਂ ਨਾ ਕਰੋ, ਕਿਉਂਕਿ ਇਹ ਬਹੁਤ ਭਾਰੀ ਸ਼ੋਕ ਸਭਾ ਹੈ। ਉਸ ਪਰਿਵਾਰ ਨੂੰ ਪੁੱਛੋ ਜਿਹਨਾਂ ਦਾ ਪਰਿਵਾਰ ਦਾ ਜੀ ਚਲਾ ਗਿਆ। ਠੀਕ ਹੈ ਅਸੀਂ ਇਕੱਠੇ ਹੁੰਦੇ ਹਾਂ ਇਹੋ ਜਿਹੇ ਮੌਕੇ ਤੇ ਬੜੀ ਬੜੀ ਦੇਰ ਬਾਅਦ, ਪਰ ਸਾਡਾ ਇਹ ਅਸੂਲ ਨਹੀਂ। ਹੁਣੇ ਅਸੀਂ ਅੰਮ੍ਰਿਤ ਬਾਣੀ ਦਾ ਪਾਠ ਸੁਣ ਰਹੇ ਸਨ, ਸਾਰੀ ਜਿਤਨੀ ਵੀ ਸਤਸੰਗੀ ਸਨ ਸਾਰੇ ਰਾਮ ਰਾਮ ਕਰ ਰਹੇ ਸਨ। ਜਿੱਥੇ ਰਾਮ ਰਾਮ ਦਾ ਜਾਪ ਹੋਵੇ ਸਮਝ ਲਓ ਮਰਿਆਦਾ ਪੁਰਸ਼ੋਤਮ ਸ੍ਰੀ ਭਗਵਾਨ ਰਾਮ ਚੰਦਰ ਜੀ ਦਾ ਉੱਥੇ ਪੈਰ ਹੈ। ਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਚੰਦਰ ਜੀ ਨੂੰ ਕਿਉਂ ਕਿਹਾ ਜਾਂਦਾ ਕਿ ਉੱਥੇ ਸਿਰਫ ਮਰਿਆਦਾ ਚੱਲਦੀ ਹੈ। ਇਹ ਨਹੀਂ ਕਿ ਅਸੀਂ ਆਏ ਸ਼ੋਕ ਸਭਾ ਦੇ ਵਿੱਚ ਤੇ ਇੱਥੇ ਆ ਕੇ ਗੱਪਾਂ ਮਾਰੀਏ, ਇਹ ਗੱਲ ਠੀਕ ਨਹੀਂ। ਇਹ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਲੀ ਗੱਲ ਨਹੀਂ। ਤੋਂ ਮੈਂ ਸਾਰਿਆਂ ਨੂੰ ਕਹਾਂਗਾ ਜਿਹੜਾ ਧਿਆਨ ਦਿਓ ਕਿ ਰਾਮ ਨਾਮ ਉਰ ਮਹਿੰਗੇ ਉਹ ਜਾਕੇ ਸਮ ਨਹੀਂ ਕੋਏ, ਕੋਹ ਨਾਨਕ ਸੰਕਟ ਮਿਟੈ ਦਰਸ਼ ਤੁਹਾਰ ਪੋਏ। ਅੰਮ੍ਰਿਤ ਬਾਣੀ ਦਾ ਪਾਠ ਚੱਲ ਰਿਹਾ ਸੀ, ਮੈਨੂੰ ਆਪ ਬੜਾ ਆਨੰਦ ਆਇਆ ਸੁਣਨ ਦਾ, ਜਿਵੇਂ ਸਾਡੇ ਵੀਰ ਜੀ ਨੇ ਹਾਰਮੋਨੀਅਮ ਦੇ ਨਾਲ ਰਾਮ ਰਾਮ ਦਾ ਉਚਾਰਨ ਕੀਤਾ। ਮੈਂ ਸੁਣ ਰਿਹਾ ਸਾਂ ਤੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਤੁੱਕ ਯਾਦ ਆਈ ਕਿ ਜਦੋਂ ਸਿਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਂਦਾ ਹੈ ਤੇ ਨੌਵੇਂ ਮਹੱਲੇ ਦੇ ਸਲੋਕ ਆਉਂਦੇ ਹਨ ਜਿਹੜੇ ਕਿ ਜ਼ਿੰਦਗੀ ਦੀ ਸੱਚਾਈ ਨੂੰ ਉਜਾਗਰ ਕਰਦੇ ਹਨ। ਉੱਥੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ ਜਿਹੜਾ ਰਾਮ ਦਾ ਨਾਮ ਹੈ ਰਾਮ ਨਾਮ ਉਹ ਮੈਂ ਗਏ ਹੋ ਕਿ ਹਿਰਦੇ ਦੇ ਵਿੱਚ ਜਿਹੜੇ ਰਾਮ ਨਾਮ ਉਹ ਮੈਂ ਗਏ ਉਹ ਜਾ ਕੇ ਸਾਹਮਣੇ ਹੀ ਹੋਏ, ਜਿਹਦੇ ਬਰਾਬਰ ਹੀ ਹੋਰ ਕੋਈ ਚੀਜ਼ ਨਹੀਂ। ਉਸ ਪਰਮ ਪਿਤਾ ਪਰਮਾਤਮਾ ਦੇ ਰਾਮ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਭਾਵੇਂ ਲੱਖਾਂ ਕਰੋੜਾਂ ਰੁਪਈਏ ਹੋ ਜਾਣ, ਸੋਨੇ ਚਾਂਦੀ ਜਗ੍ਹਾ ਜਾਇਦਾਦਾਂ ਹੋ ਜਾਣ, ਪਰ ਰਾਮ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਨਾਮ ਬਿਨਾਂ ਸਭ ਝੂਠ। ਤੇ ਰਾਮ ਨਾਮ ਉਰ ਮੈਂ ਗਏ ਉਹ ਜਾ ਕੇ ਸਮਝ ਹੀ ਹੋਏ, ਕੋਹ ਨਾਨਕ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਸਾਡਾ ਵੀਰ ਸਾਹਿਬ ਛੱਡ ਗਿਆ ਪਰਿਵਾਰ ਦਾ, ਪਰ ਜਦੋਂ ਪਰਿਵਾਰ ਨੇ ਰਾਮ ਨਾਮ ਦਾ ਆਸਰਾ ਲੈਣਾ ਇਹ ਜਿਹੜਾ ਅੱਜ ਸੰਕਟ ਹੈ ਸਾਰਾ ਮਿਟ ਜਾਣਾ, ਕਿਉਂਕਿ ਪਰਮ ਪਿਤਾ ਪਰਮਾਤਮਾ ਆਪ ਆ ਕਰਕੇ ਇਸ ਪਰਿਵਾਰ ਤੇ ਮਿਹਰ ਕਰਿਆ ਰੱਖਣਗੇ। ਜਦੋਂ ਸਾਡੇ ਕੋਲ ਐਸਾ ਤੂੰ ਸਾਡੇ ਨਾਲ ਵਿਛੋੜਾ ਪਾਇਆ, ਸਾਰੇ ਪਰਿਵਾਰ ਨੂੰ ਵਿਛੋੜਾ ਦੇ ਕਰਕੇ ਸਾਰੇ ਸਮਾਜ ਨੂੰ ਵਿਛੋੜਾ ਦੇ ਕਰਕੇ ਤੁਸੀਂ ਚਲੇ ਗਏ, ਪਰ ਉਹ ਪਰਮ ਪਿਤਾ ਪਰਮਾਤਮਾ ਕੈਸਾ ਇੱਕ ਭਾਂਡਾ ਘੜਨ ਵਾਲਾ ਤੇ ਭੰਨਣ ਵਾਲਾ ਕਿੱਦਾਂ ਕਿ ਜਦੋਂ ਜੇ ਬੱਚੇ ਦਾ ਜਨਮ ਨਹੀਂ ਹੁੰਦਾ ਉਦੋਂ ਕਹਿੰਦੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ। ਉਹ ਜਦੋਂ ਮਾਤ ਗਰਭ ਦੇ ਵਿੱਚ ਕੋਈ ਆਸਰਾ ਹੀ ਨਹੀਂ ਹੁੰਦਾ ਉਦੋਂ ਤੂੰ ਆਪਣਾ ਨਾਮ ਦੇ ਦੇਣਾ, ਤੇ ਜਦੋਂ ਤੇਰਾ ਨਾਮ ਜਪਦਾ ਉਹ ਉਠਾ ਲੜਕਿਆ ਬੱਚਾ ਵੀ ਉਦਮ ਦੇ ਵਿੱਚ ਅਗਨ ਦੇ ਵਿੱਚ ਤੁਸੀਂ ਉਹਨੂੰ ਉੱਥੇ ਬਚਾ ਲੈਂਦੇ ਹੋ।
ते फिर सारी उम्र पालना करने तो बाद ਉਹਨੂੰ ਆਪਣੇ ਆਪ ਦੇ ਵਿੱਚ ਹੀ ਸਮਾ ਲੈਂਦੇ ਹੋ। ਮਰਨ ਲਿਖਾਏ ਮੰਡਲ ਮੈਂ ਆਏ ਕਿ ਜਿਹੜਾ ਮਨੁੱਖ ਨੇ ਆਉਣਾ ਅਸੀਂ ਕਿਸੇ ਕੋਲੋਂ ਕੋਈ ਚੀਜ਼ ਕਿਰਾਏ ਤੇ ਲੈਣ ਜਾਂਦੇ ਹਾਂ, ਪਹਿਲਾਂ ਉਹਦੇ ਨਾਲ ਵਾਅਦਾ ਕਰਦੇ ਹਾਂ ਕਿ ਇਹ ਚੀਜ਼ ਇੰਨੀ ਤਰੀਕ ਨੂੰ ਵਾਪਸ ਕਰਾਂਗੇ ਅਸੀਂ। ਇਸੇ ਤਰ੍ਹਾਂ ਹੀ ਪਰਮ ਪਿਤਾ ਪਰਮਾਤਮਾ ਦਾ ਕਾਨੂੰਨ ਆ, ਉਹ ਪਹਿਲਾਂ ਲਿਖ ਦਿੰਦਾ। ਪਰ ਸਾਡੇ ਵੀਰ ਦੀ ਕਮਾਲ ਵੇਖੋ ਕਿ ਸਰੀਰਕ ਰੂਪ ਕੱਪੜੇ ਬਦਲਦੇ ਬਦਲਦੇ ਆਤਮਾ ਦਾ ਹੀ ਚੋਲਾ ਬਦਲ ਗਿਆ ਕਿ ਬਦਲਦੇ ਤੇ ਪਏ ਸਨ ਕੱਪੜੇ ਤੇ ਬਦਲਦੇ ਬਦਲਦੇ ਆਤਮਾ ਨੇ ਆਪਣਾ ਹੀ ਚੋਲਾ ਬਦਲ ਦਿੱਤਾ। ਉਹ ਰਾਮਪਾਲ ਦੀ ਜਿਹੜੀ ਆਤਮਾ ਸੀ ਕਿਸੇ ਹੋਰ ਥਾਂ ਤੇ ਪ੍ਰਵਿਸ਼ਟ ਕਰ ਗਈ। ਤੋ ਇਹ ਜਿਹੜਾ ਏਡਾ ਵੱਡਾ ਸਦਮਾ ਹੈ, ਇਹ ਸਹਿ ਕੇ ਕਹਿ ਇਹ ਸਹਾਰਿਆ ਨਹੀਂ ਜਾ ਸਕਦਾ। ਪਰ ਜੇਕਰ ਰਾਮ ਨਾਮ ਦਾ ਨਾਮ ਸਾਡੇ ਕੋਲ ਹੋਏਗਾ ਫਿਰ ਸਾਡੇ ਤੇ ਉਹ ਪਰਮ ਪਿਤਾ ਪਰਮਾਤਮਾ ਸਾਡੇ ਤੇ ਕਿਰਪਾ ਕਰਨਗੇ ਔਰ ਸਾਨੂੰ ਇੱਕ ਇਹ ਹੌਸਲਾ ਹੋਏਗਾ ਕਿ ਪਰਮ ਪਿਤਾ ਪਰਮਾਤਮਾ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਮੈਨੂੰ ਲਏ ਛਡਾਈ। ਤੇ ਸਾਧ ਸੰਗਤ ਜੀ, ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਕਾਸ਼ ਬੱਬਰ ਜੀ ਦਾ ਪਰਿਵਾਰ ਮੇਰੇ ਸਤਿਕਾਰਯੋਗ, ਅਸੀਂ ਚਾਚਾ ਜੀ ਕਹਿੰਦੇ ਸਨ, ਮੇਰੇ ਘਰ ਦੇ ਬਿਲਕੁਲ ਕੋਲ ਭਲਵਾਨਸਤਾ ਦੇ ਆ। ਐਡਾ ਵੱਡਾ ਦਰਖਤ ਜਿਹਦੇ ਉੱਤੇ ਫਲ ਰੂਪੀ ਸਾਡੇ ਵੀਰ ਯਸ਼ਪਾਲ ਬੱਬਰ ਜੀ, ਰਾਮਪਾਲ ਬੱਬਰ ਜੀ, ਸੁਰਿੰਦਰ ਬੱਬਰ ਜੀ, ਦੀਪਕ ਬੱਬਰ, ਬੱਗਾ ਵੀਰ, ਇਹ ਸਾਰੇ ਇਕੱਠੇ ਹੋ ਕੇ ਉੱਥੇ ਸ਼ਰਾਫਤ ਦੇ ਦਰਖਤ ਨੂੰ ਸ਼ਰਾਫਤ ਰੂਪੀ ਫਲ ਲੱਗੇ। ਪਰ ਫਲਾਂ ਦੀ ਕੀ ਗੱਲ ਹੁੰਦੀ ਹੈ ਕਿ ਜੇਕਰ ਕਿਸੇ ਦਰਖਤ ਤੋਂ ਕੱਚਾ ਫਲ ਤੋੜ ਲਈਏ, ਉਹ ਦਰਖਤ ਦੇ ਵਿੱਚੋਂ ਪਾਣੀ ਵਗਦਾ ਨਾ, ਖਾਣ ਵਾਲੇ ਨੂੰ ਸਵਾਦ ਆਉਂਦਾ, ਉਲਟਾ ਦਰਖਤ ਵੀ ਰੋਂਦਾ ਮੇਰੇ ਨਾਲੋਂ ਕੱਚਾ ਫਲ ਤੋੜ ਲਿਆ ਗਿਆ। ਸੋ ਇਹ ਪੋਜੀਸ਼ਨ ਇਸ ਪਰਿਵਾਰ ਦੀ ਬਣੀ ਹੈ ਸਾਡੇ ਵੀਰ ਰਾਮਪਾਲ ਜੀ, ਜੋ ਸਾਨੂੰ ਸਦੀਵ ਕਾਲ ਵਿਛੋੜਾ ਦੇ ਕਰਕੇ ਚਲੇ ਗਏ ਹਨ। ਅਸੀਂ ਉਹਨਾਂ ਦੇ ਵਾਸਤੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੋ ਹੀ ਬੇਨਤੀ ਕਰਾਂਗੇ ਕਿ ਸਤਿਗੁਰੂ ਉਸ ਵਿਛੜੀ ਰੂਹ ਨੂੰ ਸਦੀਵ ਕਾਲ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨਾ ਕਰੋ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਕਰੋ। ਮੈਂ ਬੱਚੇ ਸ਼ਨੀ ਦੇ ਨਾਲ ਆਪਣੇ ਭਰਜਾਈ ਜੀ ਪ੍ਰਵੀਨ ਜੀ ਨਾਲ ਇਸ ਗੱਲ ਦੀ ਹਮਦਰਦੀ ਰੱਖਦਾ ਕਿ ਸਤਿਗੁਰੂ ਜੀ ਨੇ ਭਾਵੇਂ ਸਾਡੇ ਵੀਰ ਨੂੰ ਤੁਹਾਡੇ ਕੋਲ ਖੋਹ ਲਿਆ ਹੈ ਪਰ ਸਾਰਾ ਸਮਾਜ ਤੁਹਾਡੇ ਨਾਲ, ਕਿਉਂਕਿ ਰਾਮਪਾਲ ਬੱਬਰ ਵਰਗੀ ਸ਼ਰਾਫਤ ਜਿਹੜੀ ਆ ਉਹ ਮਿਸਾਲ ਜਿਹੜੀ ਆ ਕਿਤੇ ਢੂੰਡਿਆ ਨਹੀਂ ਮਿਲਦੀ। ਸੋ ਸਾਡੇ ਕੋਲ ਬਹੁਤ ਹੀ ਵੱਡੇ ਮਹਾਂਭਾਵ ਆਏ ਹਨ, ਸਾਡੇ ਜੈਨ ਸਾਹਿਬ ਆਏ ਹਨ, ਜੈਨਾ ਇੰਟਰਨੈਸ਼ਨਲ ਵਾਲੇ ਸ਼੍ਰੀ ਕੀਮਤੀ ਲਾਲ ਜੀ ਬੈਠੇ ਹਨ, ਸਾਡੇ ਵੀਰ ਸਤਿਕਾਰਯੋਗ ਮਿੰਦਰਜੀਤ ਸਿੰਘ ਜੀ, ਅਸ਼ੋਕ ਲੂਥਰਾ ਜੀ, ਹੋਰ ਵੀ ਸਤਿਕਾਰਯੋਗ ਹਸਤੀਆਂ ਸਮਾਜ ਤੋਂ ਆ ਕਰਕੇ ਬੈਠੀਆਂ ਹਨ, ਸਰਦਾਰ ਮਨਜੀਤ ਸਿੰਘ ਟੀਟੂ ਜੀ ਵੀ ਆਏ ਹਨ। ਤੋ ਮੈਂ ਇੱਕੋ ਗੱਲ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਔਰ ਅੱਜ ਦੇ ਆਏ ਹੋਏ ਸਾਰੇ ਇਕੱਠ ਨੂੰ ਇਹ ਬੇਨਤੀ ਕਰਾਂਗਾ ਕਿ ਦੇਹੋ ਦੇਹੋ ਸੱਜਣ ਆਸੀਸ਼ਣੀਆਂ ਵੀ ਉਹ ਹੋਵੇ ਸਾਹਿਬ ਸਿਓ ਮੇਨ, ਕਿਉਂਕਿ ਮੌਤ ਦਾ ਕੋਈ ਪਤਾ ਨਹੀਂ। ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਨੀਹਾਂ ਦੇ ਵਿੱਚ ਚਿਣੇ ਗਏ ਸਨ, ਉਹਦਾ ਕਿਹਾ ਜਾਂਦਾ ਕਿ ਉਹ ਗੰਗੂ ਨੇ ਸ਼ਿਕਾਇਤ ਕਰਕੇ ਉਹਨਾਂ ਨੂੰ ਪਕੜਵਾ ਕਰਕੇ ਨੀਹਾਂ ਦੇ ਵਿੱਚ ਚਿਣਵਾਇਆ। ਕਹਿੰਦੇ ਗੁਰੂ ਘਰ ਦੇ ਵਿੱਚ ਰਸੋਈਏ ਦੀ ਲੋੜ ਸੀ ਤੇ ਜਦੋਂ ਗੰਗੂ ਰਸੋਈਆ ਬਣਨ ਵਾਸਤੇ ਉੱਥੇ ਪਹੁੰਚਿਆ ਤੇ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਕਿਹਾ ਕਿ ਲਾਲ ਜੀ ਘਰ ਦੇ ਵਿੱਚ ਮਹਿਲ ਦੇ ਵਿੱਚ ਰਸੋਈਏ ਦੀ ਲੋੜ ਸੀ, ਅੱਜ ਰਸੋਈਆ ਆ ਗਿਆ, ਇਹਨੂੰ ਰਸੋਈਏ ਦੀ ਨੌਕਰੀ ਦੇ ਦਿੱਤੀ ਜਾਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਵਾਹ ਉਹ ਮੇਰਿਆ ਅਕਾਲ ਪੁਰਖ ਵਾਹਿਗੁਰੂ, ਵਾਹ ਤੇਰਾ ਭਾਣਾ ਕਿ ਜਿਹੜੇ ਜਿਹੜੇ ਜਹਾਨ ਦੇ ਵਿੱਚ ਆਏ ਵੀ ਨਹੀਂ ਉਹਨਾਂ ਦੀ ਮੌਤ ਦਾ ਕਾਰਨ ਬਣਨ ਵਾਲਾ ਪਹਿਲਾਂ ਭੇਜ ਦਿੱਤਾ ਜੀ। ਤੇ ਸਾਧ ਸੰਗਤ ਜੀ ਐਡੇ ਵੱਡੇ ਉਹਨਾਂ ਪੀਰ ਪੈਗੰਬਰਾਂ ਨੂੰ ਗੁਰੂਆਂ ਨੂੰ ਭਾਣਿਆਂ ਦਾ ਪਤਾ ਪਰ ਉਹਨਾਂ ਨੇ ਮਿੱਠਾ ਕਰਕੇ ਮੰਨਿਆ ਹੈ। ਤੋ ਡਾਢਾ ਬੇਪਰਵਾਹ ਹੈ ਉਹ ਪਰਮ ਪਿਤਾ ਪਰਮਾਤਮਾ ਪਰ ਉਹਦੇ ਭਾਣੇ ਦੇ ਅੱਗੇ ਸਿਰ ਝੁਕਦਾ ਹੈ। ਸੋ ਮੈਂ ਬਹੁਤਾ ਨਾ ਕਹਿੰਦਾ ਹੋਇਆ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਹੋਇਆ ਸਾਰਿਆਂ ਕੋਲੋਂ ਖਿਮਾ ਦਾ ਜਰਕਤ ਹਾਂ ਜੀ। ਪਰਮ ਪਿਤਾ ਪਰਮਾਤਮਾ ਉਸ ਵਿਛੜੀ ਰੂਹ ਨੂੰ ਸਦੀਪ ਕਾਲ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨਾ ਕਰੇ ਜੀ। ਬਹੁਤ ਬਹੁਤ ਦੇ ਮੇਰੇ ਵੀਰ ਵੀ ਪਹੁੰਚੇ ਨੇ, ਦੋਨਾਂ ਵੱਲੋਂ ਵੀ ਸ਼ਰਧਾਂਜਲੀ ਹੈ ਜੀ। ਤੋ ਮਨਜੀਤ ਸਿੰਘ ਟੀਟੂ ਜੀ ਪਹੁੰਚ ਹੋਏ ਨੇ, ਤੋਂ ਬਾਅਦ ਜੀ ਸਾਡੇ ਆਪਣੇ ਬਲਦੇਵ ਜੀ ਚੌਹਾਨ, ਉਨਸੇ ਵੀ ਨਿਵੇਦਨ ਹੈ, ਉਹ ਵੀ ਦੋ ਤਿੰਨ ਮਿੰਟ ਕੇ ਲਈ ਸਮੇਂ ਕੋ ਦੇਖਦੇ ਹੋਏ ਸ਼ਰਧਾਂਜਲੀ ਦੇਵੇ। ਆਪਣੇ ਬਹੁਤ ਹੀ ਸਤਿਕਾਰਯੋਗ ਪੰਡਿਤ ਜੀ ਔਰ ਪੰਡਾਲ ਦੇ ਵਿੱਚ ਜਿਹੜੇ ਮੇਰੇ ਮਾਤਾ ਭੈਣ ਪੰਡਿਤ ਰਾਮ, ਅੱਜ ਅਸੀਂ ਬਹੁਤ ਹੀ ਦੁਖੀ ਜਿੱਤੇ ਦੇ ਨਾਲ ਆਪਣੇ ਸਾਡਾ ਬੱਚਾ
रामपाल बाबा उदी शो सभा विच सी परिवार दे नाल गुस्सा लग रहा है क्योंकि समाज दे विच रीति है कि किसे खुशी में शामिल होइए तां खुशी वधदी है अगर किसे दुख दी घड़ी में शामिल होइए तां दुख घटदा ਇਹ ਅਨਮਿੱਥੇ ਸਮੇਂ ਦੀ ਮੌਤ ਇਹ ਸਦਮਾ ਸਰਕਾਰ ਨੇ ਬਰਦਾਸ਼ਤ ਲੇਕਿਨ ਉਸ ਪਰਮਾਤਮਾ ਦੇ ਪਾਣੀ ਨੂੰ ਸਾਰਿਆਂ ਨੇ ਇਕੱਠਾ ਕਰਕੇ ਰਾਮਪਾਲ ਆਪਣੇ ਜੀਵਨ ਦੇ ਵਿੱਚ ਉਹ ਛੋਟੀ ਜਾਰੀ ਦੇ ਜੀਵਨ ਸਮਝਣਾ ਤੇ ਸਾਡੇ ਕੋਲ ਚਲਾ ਗਿਆ ਜਿਨ੍ਹਾਂ ਤੋਂ ਇਹ ਰਿਹਾ ਕਰ ਕਿ ਪਰਮਾਤਮਾ ਦੇ ਕੋਲ ਆਗਿਆ ਸੀ ਕਿ ਮੈਂ ਸੇਵਾ ਹੀ ਕਰ ਆਦੇ ਟਾਈਮ ਤੱਕ ਨੇ ਜਿੱਥੇ ਪਰਿਵਾਰ ਸੇਵਾ ਕੀਤੀ ਤੇ ਸਮਾਜ ਦੀ ਸੇਵਾ ਸਮਾਜ ਦੇ ਵਿੱਚ ਆਦਮੀ ਨੇ ਰਾਮਪਾਲ ਨੂੰ ਕੋਈ ਕਿਹਾ ਨਾ ਤੇ ਆਪਣਾ ਕੰਮ ਛੱਡ ਕੇ ਉਹਦਾ ਕੰਮ ਕਰਨਾ ਤਿਆਰ ਔਰ ਜਾ ਲੱਗਿਆ ਕਿਸੇ ਕੋਲੋਂ ਇੱਕ ਚਮਚਾ ਵੀ ਨਹੀਂ ਕੀਤਾ ਇਹ ਜੀਵਨ ਜਿਹੜਾ ਹੈ ਇਹ ਤਾਂ ਜੀਵਨ ਬਹੁਤ ਘੱਟ ਸ਼ਿਕਸ਼ਤ ਮਿਲਦਾ ਹੈ ਉਹਨਾਂ ਹੀ ਜ਼ਿਆਦਾ ਦੁੱਖ ਹੀ ਦੇਖਦਾ ਉਸ ਬਾਰੇ ਦੇ ਰੰਗ ਨੂੰ ਪਹਿਚਾਨਣਾ ਬਹੁਤ ਮੁਸ਼ਕਲ ਹੈ ਉਸ ਖੇਤੀ ਦਾ ਮਾਲਕ ਹੈ ਉਹ ਕੱਚੀ ਵੜੇ ਜਾਂ ਪੱਕੀ ਵੜੇ ਜੋ ਸਵਾਲ ਉਸ ਪਰਮ ਪਿਤਾ ਪਰਮਾਤਮਾ ਨੇ ਰਾਮਪਾਲ ਨੂੰ ਬਖਸ਼ਿਆ ਸਨ ਉਹ ਆਪਣੇ ਸਵਾਲਾਂ ਦੀ ਪੂਰੀ ਪੂਰੇ ਕਰਦੇ ਹੋਏ ਉਹ ਪ੍ਰਭੂ ਚਰਨਾਂ ਵਿੱਚ ਜਾ ਮਿਲਾ ਗਏ ਮੈਂ ਬਹੁਤ ਜ਼ਿਆਦਾ ਨਾਂ ਕਹਿੰਦਾ ਹੋਇਆ ਜਿਹੜੇ ਕਿ ਘਾਟ ਹੈ ਉਹਦੇ ਮੁਤਾਬਕ ਹੀ ਮੈਂ ਪਵਿੱਤਰ ਪ੍ਰਭੂ ਦੇ ਚਰਨਾਂ ਚ ਪ੍ਰਾਰਥਨਾ ਕਰਾਂਗਾ ਕਿ ਪਰਮ ਪਿਤਾ ਪਰਮਾਤਮਾ ਇਸ ਵਿਛੜੇ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਉਹ ਪਿੱਛੇ ਸਾਰੇ ਪਰਿਵਾਰ ਨੂੰ ਸਮਾਜ ਨੂੰ ਤੇ ਪਾਣਾ ਪਿਤਾ ਬਲ ਬਖਸ਼ਣਾ ਹੁਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਵਾਕਾ ਅਨੁਸਾਰ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਰਾਮਪਾਲ ਬੱਬਰ ਜੀ ਜੋ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾ ਰਾਜੇ ਹਨ ਅੱਜ ਅਸੀਂ ਸਾਰੇ ਉਹਦੇ ਅੰਤਰ ਅਰਦਾਸ ਦੇ ਵਿੱਚ ਸ਼ਾਮਲ ਹੋ ਕਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਹ ਵਾਹਿਗੁਰੂ ਜਿੱਥੇ ਸਾਡੇ ਵੀ ਰਾਮਪਾਲ ਬੱਬਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਹੈ ਪਰਿਵਾਰ ਨੂੰ ਭਾਣਾ ਮੰਨਣ ਦਾ ਵੀ ਵਾਅਦਾ ਬਖਸ਼ਣਾ ਬੱਬਰ ਜੀ ਜੋ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਬੱਬਰ ਟੂਰ ਕਾਰਪੋਰੇਸ਼ਨ ਉਹਨਾਂ ਦੀ ਆਪਣੀ ਫਰਮ ਸਮਾਜ ਦੀ ਸੇਵਾ ਕਰਦੇ ਗਰੀਬ ਗੁਰਬੇ ਨਾਲ ਹਮੇਸ਼ਾ ਖੜੇ ਹੁੰਦੇ ਹਮੇਸ਼ਾ ਹੀ ਉਹਨੇ ਚੰਗੀ ਸੋਚ ਤੇ ਪੈਰਾ ਦਿੱਤਾ ਪਰ ਮੇਰੇ ਵੀਰ ਕੁਲਵੰਤ ਸਿੰਘ ਨੇ ਆਪਣੀ ਬਹੁਤ ਹੀ ਸਤਿਕਾਰਯੋਗ ਨੇ ਇਹਨਾਂ ਨੇ ਅੱਜ ਹੁਣੇ ਇੱਕ ਗੱਲ ਕਹੀ ਕਿ ਗੁਰਬੇ ਸਿੰਘ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਬੱਚਿਆਂ ਦੀ ਮੌਤ ਦਾ ਕਾਰਨ ਗੁਰਬਾਣੀ ਦੀ ਖਿਆਨ ਹੈ ਮਰਨ ਲਿਖਾਏ ਮੰਡਲ ਲੈ ਆਏ ਮਰਨ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਮਰਨ ਲਿਖਿਆ ਜਾਂਦਾ ਇਹਦੀ ਮੌਤ ਕਿੱਦਾਂ ਹੋਣੀ ਹੈ ਮੈਨੂੰ ਉਹਨਾਂ ਦੇ ਬੇਟੇ ਕੋਲ ਮੇਰੇ ਬੱਚੇ ਸਨੀ ਜੀ ਦੱਸਦੇ ਸੀਗੇ ਕਿ ਪਿਤਾ ਜੀ ਸਾਇੰਸ ਅਟੈਕ ਹੋਇਆ ਪਤਾ ਹੀ ਨਹੀਂ ਲੱਗੇ ਇਹ ਮਹਾਂਪੁਰਖ ਸਨ ਮੌਤ ਤੇ ਜਵਾਨੀ ਮੈਂ ਬਹੁਤ ਛੋਟੀ ਉਮਰ ਹੈ ਪਰ ਮਹਾਂਪੁਰਖ ਸਨ ਕਿ ਜਿਹਨਾਂ ਨੂੰ ਮੌਤ ਦੇ ਵਿੱਚ ਤਕਲੀਫ ਨਹੀਂ ਹੋਈ ਇਹ ਤਾਂ ਲੋਕੀ ਹਸਪਤਾਲਾਂ ਚ ਰੋਂਦੇ ਨੇ ਕਈ ਪੈਸੇ ਰੋਂਦੇ ਨੇ ਕਈ ਤਰ੍ਹਾਂ ਦੇ ਪਤੀ ਦਾ ਚਲੇ ਜਾਣਾ ਸਭ ਤੋਂ ਜ਼ਿਆਦਾ ਦੁੱਖ ਪਤਨੀ ਨੂੰ ਸਾਡੇ ਧਰਤੀ ਪ੍ਰਵੀਰ ਜੀ ਬੈਠੇ ਨੇ ਬੜਾ ਦੁੱਖ ਇਹਨਾਂ ਨੂੰ ਦੱਸਦਾ ਜਿਸ ਆਪਣੇ ਸਾਥੀ ਦੇ ਨਾਲ ਦੁੱਖ ਦੀ ਗੱਲ ਕਰ ਲੈਂਦੇ ਸਨ ਕਈ ਵਾਰੀ ਮੂੰਹ ਪੁੱਤਰਾਂ ਨਾਲ ਗੱਲ ਨਹੀਂ ਹੁੰਦੀ ਪਤਨੀ ਆਪਣੇ ਪਤੀ ਨਾਲ ਗੱਲ ਕਰਦੀ ਹੈ ਪਤੀ ਹੈ ਜੋ ਆਪਣੀ ਪਤਨੀ ਨਾਲ ਗੱਲ ਕਰਦਾ ਉਸ ਤੋਂ ਵੀ ਵੱਡਾ ਦੁੱਖ
मान होता है जिसे कलेजे का चाया जन्म दिता पालिया वड्डा किया पढ़ाया लिखाया ब्याह किया पोते दोते देखे दे जो हो जाए चले जाता है तो फिर बहुत बड़ा दुख होता है घर रख नहीं सकते जे चाहते थे गुरु गोबिंद सिंह जी महाराज अपने बच्चों को बचा सकते सर पर गुरबाणी के तब तेरा भाणा मीठा रह मनना पैना हाँ एक गल जरूर है कि जो रामपाल बब्बर जी चंगे कर्म करते सन उन्हों का समाज में सत्कार सी समाज के उन्होंने जो अपनी छाप छी उन्होंने बेटे सनी नूं कहूंगा कि अपने पिता जी के असूलों से पहरा देना अपनी मां की इज्जत करनी अपनी दादी की इज्जत करनी इन्हां नूं बहुत ज्यादा प्यार देने की लोड़ है क्योंकि मां का दुलारा ते पत्नी का साया सिर तो उठ गया हुण कहिड़ा सहारा मिले उन्होंने सो मैं यही बेनती करांगा अपने वीर नूं कि अपनी मां का ते अपनी दादी का ते अपने परिवार का बहुत ध्यान रखना है यही सच्ची श्रद्धांजलि तेरे वालों तेरे पिता जी हो इन्हें कहना मैं क्षमा दा याचका मैं अपने वालों अपने परिवार वालों अपने पार्टी श्रोमणी अकाली दल वालों उस विछड़ी हुई गुरु के चरणों के शब्दों के फुल जिथे भेट करता हाँ उत्थे भगवान राम जी के चरण से भी बेनती करता है भगवान राम उन्होंने अपने चरणों में निवास बख्शना परिवार उन्होंने बेटे सनी को बल बख्शना ताकि समाज के अपने पिता जी के जो अधूरे काम हैं जो उन्होंने चंकी सोच रखी थी जो चंगे काम करने सब उन्होंने पूरा कर सके जय श्री राम जय श्री राम। अब इसी सारे अपने उस वीर रामपाल बब्बर जी जो साढ़े तो हमेशा लिए बिछड़ गए जो आया उसको चल सी दुनिया से जो भी इंसान आता है आगे अपने जीवन की जीवन यात्रा पूरी करके चला जाता है जो स्वास्थ्य की पूंजी पर पिता परमात्मा को लैके इंसान आता है जो पूरी होती है वो चला जाता है केवल कोई ना कोई बहाना होता है। सो पर दुनिया के विच आके इंसान को हमेशा जो अच्छे काम करते हैं वो जान के बाद ही दुनिया के विच विराजमान रहते किसी भी परिवार के किसी मोदी का जाना जो घर का रख रखाव करता है घर की देखभाल करता है उसका अचानक जाना बहुत सारे परिवार उथल पुथल होती है और आदमी समझ नहीं पाता कि इसका हल की है पर आखिर क्योंकि जो जाता है वापस नहीं आता पर इस उम्र के इस उम्र का आदमी हर कोई जीना चाहता है जब किसी इंसान के बच्चे बड़े हो जाए साथी बन जाए घर को संभालने लग पाए उस वे घर का बहुत ही माँ बाप चाहता है ਅਸੀਂ ਹੁਣ ਜ਼ਿੰਦਗੀ ਜੋ ਹੈ ਆਪਣੇ ਆਰਾਮ ਦੀ ਬਿਤਾਵਾਂਗੇ ਔਰ ਉਹ ਉਸ ਵੇਲੇ ਚਲੇ ਗਏ ਜਦੋਂ ਜੀਣ ਦਾ ਸਮਾਂ ਸੀ ਪਹਿਲੇ ਸਾਰੀ ਜ਼ਿੰਦਗੀ ਆਦਮੀ ਆਪਣੀ ਮਿਹਨਤ ਦੇ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਪੜ੍ਹਾਉਣਾ ਲਿਖਾਉਣਾ ਸ਼ਕਤੀ ਕਰਨੀ ਉਹਦੇ ਵਿੱਚ ਹੀ ਆਦਮੀ ਆਪਣਾ ਜੀਵਨ ਦਾ ਜੋ ਸਟਰਗਲ ਚੱਲਦੀ ਹੈ ਚੱਲੀ ਜਾਂਦੀ पर फिर जो परमपिता परमात्मा ने बनाया है ये सब ओदे ही हथ है चिंता काम जिगन होनी हो परमपिता परमात्मा ने बताओ जिदा जिदा किसी आदमी का जीवन है जब तक है तद तक ही चलना है। सो इस करके परमपिता परमात्मा इस परिवार को शक्ति देवे
हिम्मत दवे ताकि जो परिवार जी पहले क्या कर दे बेटे संदीप जी एक बार ठीक है कि जो बच्चे होते हैं वो अपने बुजुर्गों के बाद घर को संभालते हैं संभालना चाहिए भी है इस करके माँ बाप अपने बच्चों को अच्छे संस्कार देते हैं कि संस्कार अच्छे होंगे तो बच्चे अच्छे काम करेंगे हूँ परमपिता परमात्मा इस परिवार को शक्ति देवे और मेरा वीर संदीप जी अपनी माता जी अपने परिवार की पहले नाम ज्यादा जिम्मेदारी निभाता हो एक गल बिल्कुल सही है कि चाहे आज भी इतना मर्जी वड्डा हो जाए जब तक खालसा खड़ा होता है वो अपने आप को वड्डा नहीं समझता सोचता कि मेरे बाप मेरे सिर पे साया है मुझे कोई चिंता करने की कोई लोड़ नहीं वो काफी लाभ मेरे जिंदगी बसर करता है कोई गल नहीं चिंता नहीं कोई गल नहीं बाप का सिर पे साया है पर बाप का साया उठने बाद बच्चे ऊपर बहुत ज्यादा जिम्मेदारी आ जाती है सो परमपिता परमात्मा उस बच्चे को शक्ति देवे हिम्मत देवे अच्छी सोच देवे कि वो अपने माता जी की सेवा करे और परिवार की बहुत अच्छे तरीके नाल जो उन्हें पिता जी ने सपना सजाया सी जो सोचा सी उन्होंने पूरा करने वास्ते अपनी जो जिंदगी है उसके ऊपर बसर करे उसका खास करके उन्हें सपने को पूरा करे मैं परमपिता परमात्मा की अरदास करना इस महान शख्सियत को अपने चरणा स्थान देना और परिवार को ये दो सहन की शक्ति देना अपने वालों अपने परिवार वालों और अपने पिता जी वालों इस शख्सियत के नाम में श्रद्धा पूर्वक भेंट करना ओम शांति 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 शरी अमरजीत सिंह जी ने हाल जी और नरेंद्र तकवान जी भी श्रद्धांजलि दे पहुंचे और भी बड़े सज्जन मित्र जिन्होंने पता लग गया उन्होंने पहुंचना ही है प्रेम प्यार से ਦੁੱਖ ਜਿਹੜਾ ਜਦੋਂ ਵੰਡਿਆ ਜਾਂਦਾ ਕੱਟਿਆ ਜਾਂਦਾ ਤੇ ਸੁੱਖ ਦੇ ਟਾਈਮ ਤੇ ਇਕੱਠੇ ਹੋਈਏ ਉਹ ਖੁਸ਼ੀ ਵਧੀ ਹੁੰਦੀ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸ਼ਰਧਾਂਜਲੀ ਉਸ ਦੀ ਮਾਤਮਾ ਕੋ ਭਗਵਾਨ ਆਪਣੇ ਸ੍ਰੀ ਚਰਨਾਂ ਦੇ ਸਾਹਮਣੇ ਔਰ ਸਿਆਪਤੀ ਰਾਮਚੰਦਰ ਮਹਾਰਾਜ ਜੀ ਕੀ ਜੈ